ਆਪਾ ਜੀ ਸੀਨੇ ਨਾਲ ਲੱਗ ਜਾਓ ਖੁਸ਼ ਕਰ ਆਪਾ ਜੀ ਅੱਜ ਮੈਂ ਖੁਸ਼ ਹਾਂ ਚਿੱਟਾ ਤੂੰ ਜਮਾਇਆ ਨੀ ਸਾਰੇ ਫਿੱਕੇ ਨੀ ਹੁੰਦੇ ਰਕਸ਼ਾ ਚ ਬੈਠ ਕੇ ਰਕਸ਼ਾ ਨੂੰ ਕਹਿੰਦੀ ਚਬੁਰਜੀ ਜਾਣਾ ਕੀ ਲਏਗਾ ਉਹ ਇਹਨੂੰ ਵੇਖ ਕੇ ਕਹਿੰਦਾ ਮਾਈ ਮੈਂ ਕਿਰਾਇਆ ਹੀ ਲਾਂਗਾ ਕੀ ਹੋ ਰਿਹਾ ਇੱਥੇ ਅੱਜ ਮੈਂ ਇੰਨਾ ਕੁ ਖੁਸ਼ ਹਾਂ ਅੱਜ ਮੈਂ ਬੜਾ ਖੁਸ਼ ਹਾਂ ਅੱਛਾ ਸਾਹਿਬ ਜੀ ਤੁਸੀਂ ਵਾਕਈ ਖੁਸ਼ ਹੋ ਅੱਬਾ ਜੀ ਇੰਨਾ ਉਹਦਾ ਬਿੱਲ ਚਲਾ ਗਿਆ ਅਸੈਂਬਲੀ ਚ ਜੇ ਬਿੱਲ ਪਾਸ ਹੋ ਗਿਆ ਤਾਂ ਮੈਂ ਜਿੰਨੇ ਪੈਸੇ ਲੈਣੇ ਬੈਂਕੋ ਸਾਰੇ ਮੇਰੇ ਆਪਣੇ ਹੋ ਜਾਣਗੇ ਠੀਕ ਗੱਲ ਆ ਕਰਜ਼ੇ ਮਾਫ ਹੋ ਜਾਣਗੇ ਅੱਛਾ ਜੀ ਨੌਕਰਾਂ ਇਹਦਾ ਮਤਲਬ ਹੈ ਕਿ ਖੁਸ਼ੀਆਂ ਸਾਹਿਬ ਜੀ ਤੈਨੂੰ ਮੋਟਰਸਾਈਕਲ ਦੀ ਬਜਾਏ ਮੈਂ ਗੱਡੀ ਲੈ ਲਿਆਂਗਾ ਅੱਬਾ ਜੀ ਤੁਹਾਨੂੰ ਇੱਕ ਮਕਾਨ ਹੋਰ ਲੈ ਦਿਆਂਗਾ ਸਜਾਣਾ ਨੁਕਰਾਨੀਏ ਤੈਨੂੰ 4-5 ਬੰਦੇ ਲੈ ਦਿਆਂਗਾ ਸਹੀ ਕਹਿਣ ਡੇ ਨੇ ਭਾਈ ਜਿਨ੍ਹਾਂ ਦੀਆਂ 5-6 ਅਗਲਿਆਂ ਨੇ ਮਾਰੀਆਂ ਨੇ ਉਹਨਾਂ ਨੂੰ ਬਹੁਤਾ ਪਤਾ ਹੈ ਓ ਯਾਰ ਸਾਡੀਆਂ ਵਿਚਾਰੀਆਂ ਮਸੂਮ ਸੀ ਉਹ ਮਰ ਗਈਆਂ ਇਹ ਖੋਜਲ ਹੁਣ ਕਿੱਥੇ ਮਰਦੀਆਂ ਮੈਂ ਤੇ ਨਹੀਂ ਮਰਦੀ ਮੈਂ ਤੇ ਇਹੋ ਜਿਹੇ 5-7 ਚਾਚੇ ਲੈ ਕੇ ਮਰਾਂਗੀ ਔਂਤਰੇ ਤੂੰ 5-7 ਦੀ ਗੱਲ ਕਰਨ ਦੀ ਹੈ ਤੂੰ ਇੱਕ ਲੈ ਲਵੇਂ ਬੜੀ ਗੱਲ ਆ ਤੈਨੂੰ ਪਤਾ ਨਹੀਂ ਮੇਰਾ ਮਾਜੀ ਮੈਂ ਤਾਂ ਸਾਡੀ ਵੈਸੇ ਖੁਸ਼ੀ ਦਾ ਮੌਕਾ ਕੀ ਬਾਤ ਹੈ ਕੀ ਕਰਦਾ ਹਾਂਜੀ ਸਾਹਿਬ ਜੀ ਆ ਤੁਹਾਡਾ ਪਿਓ ਜਿਹੜਾ ਨੇ ਮੇਰੇ ਨਾਲ ਠੜਕਬਾਜ਼ੀ ਕਰਦਾ ਤੈਨੂੰ ਸਮਝਾ ਲਓ ਨਹੀਂ ਤਾਂ ਮੈਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤੁਸੀਂ ਨੁਕਰਾਨੀ ਨੂੰ ਛੇੜਦੇ ਹੋ ਅੱਜ ਤੋਂ ਬਾਅਦ ਅਗਰ ਤੁਸੀਂ ਨੁਕਰਾਨੀ ਨੂੰ ਛੇੜਿਆ ਜਾਂ ਉਹਨੂੰ ਹੱਥ ਲਾਇਆ ਤੇ ਪੈਸੇ ਨਾ ਨਾ ਦਿੱਤੇ ਲੈ ਸ਼ਾਬਾਸ਼ ਗੈਰਤਮੰਦ ਬਰੋ ਤੁਸੀਂ ਤਾਂ ਪ੍ਰਾਪਰਟੀ ਡੀਲਰ ਬਣਨ ਡੇ ਜੇ ਮੈਂ ਤੇਰੀ ਤਨਖਾਹ ਵਧਾ ਰਿਹਾ ਇਸੇ ਬਾਰੇ ਤਨਖਾਹ ਵਧਾ ਰਿਹਾ ਜਿਹੜਾ ਬੰਦਾ ਹਿਸਾਬ ਦੇ 40 ਰੁਪਏ ਫੋਟੋ ਦੇ ਹਿਸਾਬ ਨਾਲ ਛੇੜਨਾ ਬਾਜੀ ਓਏ ਉਹਦੀ ਜਮਾ ਸਾਨੂੰ ਘਰ ਪੈਂਦੀ ਹੈ ਇੱਜ਼ਤ ਕਰ ਉਹਦੀ ਕਿਉਂ ਜੀ ਚਵਲੇ ਜਾਨ ਦੇ ਤੈਨੂੰ ਪਤਾ ਨਹੀਂ ਹੈ ਟੋਪੀ ਵਾਲਾ ਬੁਲਹਾ ਪਾ ਕੇ ਸ਼ਰਾਬ ਲੈਣ ਦੀ ਅੰਗਾ ਵੈਸੇ ਸਹੀ ਕਹਿ ਰਹੇ ਕਿਉਂ ਜੀ ਇਹ ਜੀ ਔਰਤ ਐ ਵੀ ਬਾਹਰ ਫਿਰਦੀ ਚਾਰ ਬੰਦੇ ਤਾਸ਼ ਖੇਡਣ ਦੇ ਆਉਣੇ ਇਹ ਜੀ ਔਰਤ ਨੰਗਦੇ ਨੰਗਦੇ ਉਹਨੂੰ ਵੀ ਕਹਿ ਜਾਂਦੀ ਓਏ ਗੋਲਾ ਨਾ ਸੁੱਟੀ ਉਹਨੂੰ ਲੱਗਦਾ ਜੀ ਮੇਰੀ ਬੱਚੀ ਕਰੀਮ ਦੇ ਨਾਲ ਹੀ ਕਿਉਂ ਜਾਂਦੀ ਹੈ ਤੁਹਾਨੂੰ ਨਜ਼ਰ ਆਵੇ ਤੇ ਤੁਹਾਨੂੰ ਪਤਾ ਲੱਗੇ ਕਰੀਮ ਕਰੀਮ ਜ਼ਾਹਰ ਹੈ ਨੌਕਰ ਨੂੰ ਤਨਖਾਹ ਨਹੀਂ ਦਿਓਗੇ ਤੇ ਅਗਲੇ ਨੇ ਪੂਰੀ ਤੇ ਕਰਨੀ ਹੈ ਨਾ ਵੈਸੇ ਇਹਦਾ ਮਤਲਬ ਹੈ ਅੱਬਾ ਜੀ ਵੇਖਦੇ ਪਏ ਹੋ ਨੌਕਰ ਸਾਡੀਆਂ ਬੱਚੀਆਂ ਨੂੰ ਲੈ ਕੇ ਜਾਂਦੇ ਨੇ ਯਾਰ ਜਾਂਦੇ ਕਿੱਥੇ ਆ ਤੈਨੂੰ ਨਹੀਂ ਪਤਾ ਕਿੱਥੇ ਜਾਂਦੇ ਕਿੱਥੇ ਤੂੰ ਆ ਪੁੱਛਾਂ ਚਿੱਟੀਆਂ ਕੀਤੀਆਂ ਅੰਨੀ ਦਿਆ ਅੱਛਾ ਜੀ ਪਿਓ ਬਣਿਆ ਫਿਰਦਾ ਆ ਮੇਰਾ ਪਿਓ ਵੇਖੋ ਇਹਦਾ ਮੂੰਹ ਗੌਰ ਨਾਲ ਵੇਖੋ ਇਹਦੇ ਮੂੰਹ ਵਰਗੇ ਸੁਨਿਆਰਿਆਂ ਕੋ ਦੀਵੇ ਹੁੰਦੇ ਲੱਖ ਦੀ ਲਾਣਾ ਤੁਹਾਡੇ ਤੇ ਸਾਹਿਬ ਜੀ ਤੁਸੀਂ ਐਵੇਂ ਆਪਣੇ ਅੱਬਾ ਜੀ ਨੂੰ ਗੱਲਾਂ ਕਰ ਰਹੇ ਤੁਸੀਂ ਵੀ ਮਾਸ਼ਾਅੱਲਾ ਕਰੋੜਾ ਪਤੀ ਹੋ ਗਏ ਹੋ ਸ਼ੁਕਰ ਅੱਲਾ ਦਾ ਅੱਖਾਂ ਵੀ ਪੂਰੀਆਂ ਖੋਲੋ ਉਧਰ ਵੇਖੋ ਜਰਾ ਮੈਨੂੰ ਲੱਗਦਾ ਧੁੱਪੇ ਮੈਚ ਵੇਖਣ ਦੇ ਐ ਓਏ ਮੁੰਡਿਆ ਚੱਲ ਉੱਤੇ ਆਓ ਦਾਦਾ ਜੀ ਚੱਲ ਇੱਥੇ ਖੁਸ਼ੀ ਦਾ ਮੌਕਾ ਸਾਹਿਬ ਜੀ ਕੋਈ ਮੈਂ ਜਾ ਜਿਹੜੇ 4 ਦਿਨ ਕੱਢੇ ਨੇ ਨਹੀਂ ਸਕੂਨ ਨਾ ਕੱਢ ਲੈ ਕਿਉਂ ਸੌਫਟਵੇਅਰ ਉਡਾਉਣਾ ਹੀ ਆਪਣਾ ਐਵੇਂ ਹੀ ਮਰ ਜਾਣਿਆ ਤੇ ਕੀ ਗੱਲ ਨਾ ਕੱਲ ਚਾਰਜਰ ਠੀਕ ਹੀ ਆ ਉਹ ਚੱਲ ਜਾ ਅੱਬਾ ਜੀ ਜਾਓ ਰਾਤੀ ਨਵੇਂ ਸੈੱਲ ਪਾਏ ਤੁਹਾਡੇ ਸੈੱਲ ਜਾ ਉੱਪਰ ਦਬਾਓ ਜਾ ਉਹ ਤੂੰ ਕੋਈ ਗੱਲਾਂ ਕਰਦੇ ਨੂੰ ਕਰਾਣੀ ਨਾਲ ਆਇਆ ਤੈਨੂੰ ਚੀਨੀ ਕਾਂ ਦੀ ਕਹਾਣੀ ਸੁਣਾਵਾਂ ਕਾਂ ਦੇ ਨਾਂ ਤੇ ਤੂੰ ਵੀ ਹੱਸਦੀ ਹੈ ਉਹਦਾ ਠੁੰਗਾ ਵੱਡਾ ਹੁੰਦਾ ਨਾ ਠਾਂਡਾ ਕਰਦਾ ਐ ਵੇਖੋ ਆਪਣੇ ਪਿਓ ਨੂੰ ਕਹੋ ਹਯਾ ਕਰੇ ਕੋਈ ਉਹ ਜਾ ਦੋਨੇ ਜਣੇ ਆਪਸ ਵਿੱਚ ਮਸ਼ਵਰਾ ਕਰ ਲੋ ਅੱਜ ਤੁਸੀਂ ਤੇ ਆਓ ਨਾ ਬਸ ਮੈਨੂੰ ਲੱਗਦਾ ਜਾਂ ਮੇਰਾ ਆਪਾ ਹੈ ਨਹੀਂ ਜਾਂ ਨੌਕਰ ਹੈ ਨਹੀਂ ਅੱਜ ਕੀ ਹੋ ਗਿਆ ਬਦਤਮੀਜ਼ੀ ਕਰਦਾ ਕੀ ਹੋਇਆ ਨੌਕਰੀ ਤੂੰ ਮੇਰਾ ਨੌਕਰੀ ਹੈ ਮੈਂ ਕਦੋਂ ਗਿਆ ਮਾਲਕ ਆ ਕਿੱਥੇ ਲੈ ਕੇ ਗਿਆ ਮੇਰੀ ਬੱਚੀ ਨੂੰ ਉਹ ਬਾਜ਼ਾਰ ਜਾਂਦੀ ਆ ਹਰ ਦੁਕਾਨਦਾਰ ਦੇ ਸੌਦੇ ਨੂੰ ਫੜ ਕੇ ਲਾਉਣ ਲੱਗ ਪੈਂਦੀ ਉੱਥੇ ਕਦੇ ਚੁੱਕੇ ਦੇਖ ਲਈ ਕਦੇ
ਕਦੀ ਪਰਾਂਦਾ ਵੇਖ ਲਿਆ, ਕਦੀ ਕੁਛ ਵੇਖ ਲਿਆ, ਮੈਂ ਠੇਕਾ ਲਿਆ। ਚੁੱਪ ਕਰਕੇ ਸੋ, ਤੇਰੇ ਘਰ ਦੀ ਆਸ਼ਤ ਨਹੀਂ ਹੁੰਦੀ। ਆ ਮੈਂ ਕੱਛਾ ਪਾ ਕੇ ਆ ਗਿਆ, ਬੱਚੀ ਮੈਨੂੰ ਲੈ ਕੇ ਬਾਜ਼ਾਰ ਫਿਰਦਾ ਪਿਆ ਤੇ ਘਰ ਦੇ ਕੰਮ ਕਿਹਨੇ ਕਰਨੇ ਸੀ? ਰਾਤੀ ਤੇਰਾ ਕੰਮ ਕੀਤਾ, ਰੌਲਾ ਕਿਉਂ ਪਾਉਣ ਲੱਗ ਪਿਆ? ਹਾਂ ਮੈਂ ਘੁੱਟ ਕੇ ਗਿਆ ਤੁਹਾਨੂੰ। ਮੰਮੀ ਕਮਾਂ ਸਾਹਿਬ ਜੀ, ਕਿ ਤੁਸੀਂ ਇਹਨੂੰ ਬਾਰ ਬਾਰ ਆਪਣੇ ਕਮਰੇ ਚ ਕਿਉਂ ਬੁਲਾਉਂਦੇ ਜੇ? ਇਹਨੂੰ ਮੁੱਛਾਂ ਲਵਾ ਕੇ ਲੈ ਜਾਓ, ਉਹਨਾਂ ਨੂੰ ਮੇਰੇ ਕੋਲ ਖਤਰਾ ਹੈ। ਮੰਮੀ ਕਮਾਂ ਇਹ ਬੜੀ ਕਰੋੜ ਕੇ ਸ਼ੇਵ ਕਰਾਉਂਦਾ ਹੈ, ਗੱਲ ਤੇ ਪੱਪੂ ਕੋ ਦੇਖ ਲਈ। ਅੱਛਾ ਮੂੰਹ ਤੋਂ ਪਰੇ ਰੱਖ। ਕਿਉਂ? ਉਹ ਪਰੇ ਕਰ, ਨਾ ਕਰ, ਮੂੰਹ ਆ ਪੁਰਾਣੀ ਔਰਤ। ਇਹਨੇ ਤਾਂ ਦੱਸਿਆ ਸੀ ਲਾਹੌਰ ਇਸ ਜਗ੍ਹਾ ਤੇ ਬਣਨਾ ਵੀ ਇੱਥੇ। ਕਮਾਲ ਇਹੋ ਜਿਹੀਆਂ ਔਰਤਾਂ, ਇਹੋ ਜਿਹੀਆਂ ਔਰਤਾਂ ਇਹਦੀ ਮਾਂ ਨੂੰ ਤਲਾਕ ਦਵਾ ਦਿੰਦੀਆਂ ਨੇ। ਮੇਰੇ ਅੱਬੇ ਨਾਲ ਵੀ ਫਸਣਾ ਹੁੰਦਾ। ਤੇਰਾ ਅੱਬਾ, ਤੇਰਾ ਅੱਬਾ ਇੰਨੀ ਜੋਗਾ ਹੁੰਦਾ ਤੇ ਤੇਰੀ ਮਾਂ ਤਲਾਕ ਲੈਂਦੀ? ਉਹ ਤੇਰੀਆਂ ਤਾਂ ਤਲਾਕਾਂ ਉੱਥੇ ਡੰਗੀਆਂ ਜਿੱਥੇ ਬਿਜਲੀ ਦੇ ਬਿੱਲ ਡੰਗੇ ਆ। ਸ਼ੁਕਰ ਹੈ ਅੱਲਾ ਦਾ ਅਸੀਂ ਖੁਦ ਕਬੀਲ ਲੋਕ ਆ, ਤੁਸੀਂ ਵੀ ਘਰਦਿਆਂ ਨੂੰ ਹਲਾਸ਼ੇ ਨਹੀਂ ਦਿਓ। ਕਿਉਂ ਦਈਏ? ਕਿਉਂ ਦਈਏ? ਮੂੰਹ ਉੱਧਰ ਰੱਖ, ਤੂੰ ਵੀ ਮੂੰਹ ਉੱਧਰ ਕਰ। ਅੱਛਾ, ਆਪਾਂ ਤਮੀਜ਼ ਦੇ ਦਾਇਰੇ ਚ ਰਹੀ, ਉੱਧਰ ਤੇ ਚਾਦਰਾਂ ਚੜ੍ਹ ਦੂਏ। ਇਹੋ ਜਿਹਾ ਤੇਰਾ ਮੂੰਹ ਸਾਲੀਏ ਧੋਤੀ ਚੜਾਉਣ ਨੂੰ ਦਿਲ ਨਹੀਂ ਕਰਦਾ। ਤੇਰੇ ਪਿਓ ਦੇ ਕੁੱਲਾਂ ਦੇ ਰਹਿਣ ਨਾਲੋਂ ਕਿਧਰੇ ਆੜ ਉੜ ਜਾਵੇ ਚੰਗੀ ਗੱਲ ਵੀ? ਜਦੋਂ ਬੰਦਾ ਆੜ ਉੜ ਜਾਂਦਾ ਫਿਰ ਰੌਲਾ ਕਿਉਂ ਪਾਉਣੀ? ਖਾਣਾ ਬਣਾਉਣ ਦਾ ਤਰੀਕਾ ਥੋੜਾ ਸਾ ਯੇ ਡਾਲਾ, ਥੋੜਾ ਸਾ ਯੇ ਡਾਲਾ, ਔਰ ਯੇ ਪਤਾ ਨੀ ਕਿਆ ਬਣ ਗਿਆ। ਥੋੜਾ ਸਾ ਯੇ ਡਾਲਾ, ਥੋੜਾ ਸਾ ਯੇ ਡਾਲਾ, ਥੋੜਾ ਸਾ ਹੋਰ ਡਾਲਾ, ਔਰ ਤਾਰਕ ਟੈਡੀ ਬਣ ਗਿਆ। ਚਲੋ ਬਣ ਤੇ ਗਿਆ ਨਾ, ਇਸ ਗੱਲ ਦੀ ਮੈਨੂੰ ਹੈਰਾਨ ਵੀ ਏ, ਪੰਜਾਂ ਵਾਲਾ ਨੋਟ ਬੰਦ ਹੋ ਗਿਆ, ਟੈਡੀ ਹਜੇ ਵੀ ਚੱਲਦਾ ਪਿਆ ਹੈ। ਤੂੰ ਬੜੀ ਜੈਕਟ ਪਾਈ ਆ, ਹਾਈ ਕੋਰਟ 'ਚ ਸ਼ਰਬਤ ਵੇਚਣ ਲੱਗ ਪਿਆ। ਓਏ ਉੱਧਰ ਬਕਵਾਸ ਕਰ, ਜਿਹੜੀ ਕਰਦਾ ਪਿਆ। ਤੇਰੇ ਵਰਗਿਆਂ ਨੇ ਵਿਚਾਰਨੀਆਂ ਬੜੀਆਂ ਗੱਲਾਂ ਕਰਦਾ ਹੈ। ਜਾ ਨਹੀਂ ਵੇ, ਵਿਚਾਰਨੀਆਂ ਤੇਰੇ ਵਰਗਿਆਂ ਪਾਸੇ ਸਦੀਆਂ ਤੇ ਨਾਈ ਦਿਓ, ਉਸ ਤੇ ਵਰਗਾ ਮੂੰਹ ਹੋ ਜਾਂਦਾ ਜਿਹੜਾ ਉਹਨੇ ਉੱਤੇ ਰੱਖਿਆ ਹੁੰਦਾ। ਮਰ ਜਾਣਾ ਹਰੀ ਗੱਡੀ ਵਾਲਾ, ਜਾਣਨੀਆਂ ਤੇਰੇ ਵਰਗਿਆਂ ਨੇ ਵੀ, ਮਰ ਜਾਣੇ ਚੁੰਨੀਆਂ ਦੇ ਕੇ ਸਾਈਕਲ ਕਿਰਾਏ ਤੇ ਲੈਣ ਵਾਲਾ। ਉਹੀ ਸਾਈਕਲ ਬਗੈਰ ਕਦੀ ਤੋਂ 3 ਘੰਟੇ ਚਲਾਉਣ ਵਾਲੀ ਏ। ਬਿੱਲੂ ਮੋਰੀ ਇਹੋ ਜਿਹੀ ਔਰਤ ਦਾ ਪਿੰਡ ਚ ਨਾਂ ਹੁੰਦਾ ਅਸਤਰੀ ਲੁੰਡੀ, ਨਾਲ ਇਹਦਾ ਭਰਾ ਖਲੋਤਾ ਵੱਡਾ ਬਸ਼ੀਰ ਧੁਰਾ। ਕੀ ਨਾਂ ਹੁੰਦਾ ਪਿੰਡ ਚ? ਬਿੱਲੂ ਮੋਰੀ। ਕਿੰਨੀ ਉਮਰ ਹੋ ਗਈ ਬੱਚਿਆ? 30 ਸਾਲ ਦੀ। ਹੁਣ ਤੇ ਮੋਰਾ ਹੋ ਗਿਆ ਹੁਣ। ਅੱਛਾ ਇਸ ਗੱਲ ਤੋਂ ਬਾਅਦ ਤੇਰੇ ਮੂੰਹ ਚ ਪਾਣੀ ਆਇਆ ਨਾ? ਮੈਨੂੰ ਖੁਸ਼ੀ ਹੋਈ ਏ। ਬੜੀ ਖੁਸ਼ੀ ਹੋਈ ਆ। ਬੜੀ ਬਕਵਾਸ ਨਾ ਕਰੋ। ਵਿਚਾਰੀ ਮਾਈ ਜਾਂ ਮਾਈ ਨੂੰ ਮਾਈ ਕੀ ਹੋਇਆ? ਤੂੰ ਯਾਦ ਯਾਦ ਕਰ, ਸਾਡੇ ਦਾ ਤੇਲ ਨਹੀਂ ਵੇਚਦੀ ਜਿਵੇਂ ਦੇ ਜੁਮੇ। ਵੇਚਦੀ ਸਾਂ ਜਦੋਂ ਉਹ ਸਾਡਾ ਹੀ ਤੇਰੀ ਅੰਮੀ ਖਰੀਦ ਕੇ ਲੈ ਗਈ। ਕਾਹਦੀ ਕਾਜੀ ਕਰ, ਇੱਕ ਸਾਡੇ ਨਾਲ 3 ਸਾਲ ਕੱਢੇ। ਖਲੌਣੇ ਵਾਲੀ ਦੁਕਾਨ ਤੇ ਜਾ ਕੇ ਭਾਈ ਸਾਹਿਬ ਇਹ ਚਿੱਟਾ ਬਾਂਦਰ ਕਿੰਨੇ ਦਾ? ਦੁਕਾਨਦਾਰ ਕਹਿੰਦਾ ਜਨਾਬ ਤੁਸੀਂ ਸ਼ੀਸ਼ਾ ਵੇਖ ਰਹੇ ਹੋ। ਉਹ ਬਾਂਦਰ ਭੌਂਕਣ ਡਿਆ। ਚੱਲੇ ਮਾਈ ਉਧਰ ਹੋ। ਤੈਨੂੰ ਮੇਰਾ ਅਜੇ ਨੀ ਪਤਾ ਅਜੇ ਤੇ ਮੈਂ ਆਪ 16 ਸਾਲਾਂ ਦੀਆਂ ਰਾਤਾਂ ਕੱਢ ਕੇ। ਇਹ ਵੀ ਦੱਸ ਨਾ ਰਾਤਾਂ ਕੱਢੀਆਂ ਕਿੱਥੇ? ਸ਼ਰਬਤ ਪੀਂਦੀਆਂ ਨੇ, ਅੱਛੇ ਅੱਛੇ ਜੂਸ ਪੀਂਦੀਆਂ ਨੇ, ਇਹਦੀ ਮਾਂ ਖੋਰੇ ਦੇ ਵਾਰੀ ਬੁਲੇਟ ਖਾਂਦੀ ਰਹੀ ਆ। ਕਿਉਂ? ਕਰ 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 ਕਰ। ਚਲੋ ਅੱਛਾ ਜੂਸ ਪੀਂਦੀਆਂ ਨੇ, ਅੱਛੀ ਮੈਡੀਸਨ ਖਾਂਦੇ, ਅਲਟਰਾਸਾਊਂਡ ਕਰਾਂਦੇ, ਇਹਦੇ ਘਰ ਪੁੱਤਰ ਹੋਣਾ ਲਾ ਦਾਈ ਦੇ ਪੈਰੀ ਪਈ, ਭੈਣਾ ਇੱਕ ਵਾਰੀ ਜਾਨ ਛੁਡਾ ਦੇ। ਛੁਡਾ ਸਾਈਕਲ ਤੋਂ ਡੇਗ ਪਿਆ, ਮੈਂ ਕਿਹਾ ਸੜਕ ਨੀ ਲੱਗੀ, ਕਹਿੰਦਾ ਨਹੀਂ ਮੈਂ ਉਤਰਦਾ ਹੀ ਇਸ ਤਰ੍ਹਾਂ।
ਬਦਤਮੀਜ਼ੀ ਕਰਦਾ ਮੇਰੇ ਕੋਲ ਆਪਣੀਆਂ ਗੱਡੀਆਂ ਏਸੀ ਵਾਲੀ ਕੋਚ ਚੜ ਕੇ ਰੌਲਾ ਪਾਤਾ। ਡਰਾਈਵਰ ਨੂੰ ਕਹਿੰਦਾ ਗੱਡੀ ਆਸਤਾ ਚਲਾ ਮੈਨੂੰ ਝਟਕੇ ਲੱਗਦੇ। ਡਰਾਈਵਰ ਕਹਿੰਦਾ ਕੁੱਤੇ ਦੇ ਬੱਚਿਆ ਗੱਡੀ ਤੇ ਖੜੋਤੀ ਹੈ ਤੂੰ ਪਠਾਨ ਦੀ ਝੋਲੀ 'ਚ ਬੈਠਾ ਏ। ਆ ਭੱਜ ਕੇ ਬੱਸ ਚੜਿਆ, ਬੱਸ 'ਚ ਰਸ਼ ਹੀ ਬੜਾ ਸੀ, ਜਗ੍ਹਾ ਕੋਈ ਨਹੀਂ, ਪੈਪ ਫੜ ਕੇ ਖਲੋਤੇ ਰਿਹਾ। ਅੱਧੇ ਘੰਟੇ ਬਾਅਦ ਇੱਕ ਭਾਈ ਕਹਿੰਦਾ ਭਾਅ ਜੀ ਮੈਂ ਹੁਣ ਸ਼ਾਹ ਕੋਲ ਲੈਣਾ, ਏਡਾ ਚਵਲ ਦਹੀਂ ਭੱਲੇ ਖਾ ਕੇ ਰੱਫੜ ਪਾ ਲਿਆ ਚਾਚਾ, ਬੋਟੀ ਤੇ ਪਾਈ ਨਹੀਂ। ਕ੍ਰਿਕਟ ਮੈਚ ਵੇਖਣ ਗਿਆ, ਕ੍ਰਿਕਟ ਮੈਚ ਵੇਖਦਾ ਪਿਆ, ਬੋਲਰ ਨੇ ਗੇਂਦ ਕਰਾਈ ਤੇ ਗੇਂਦ ਵਾਈਟ ਹੋ ਗਈ। ਉਹਨੂੰ ਉੱਥੇ ਬੈਠਾ ਕਹਿੰਦੇ ਆ ਉਹ ਵਿੱਚ ਕਰ, ਉਹਨੇ ਸੁਣਿਆ ਨਹੀਂ, ਪਿਛਲੇ ਬੰਦੇ ਨੇ ਸੁਣ ਲਿਆ। ਤੇ ਜਦੋਂ ਪਿਛਲੇ ਨੇ ਸੁਣ ਲਿਆ ਫਿਰ ਰੌਲਾ ਕਿਉਂ ਪਾਉਂਦੇ ਆ ਕਿ ਪਾਣੀ ਦਾ ਵਕਫਾ ਕਰੋ। ਪਾਣੀ ਦਾ ਵਕਫਾ ਤਾਂ ਹੋਇਆ ਜੀ ਉੱਥੇ, ਉਹਨਾਂ ਕਹੇ ਨਹੀਂ ਓਵਰ ਮੁੱਕੇਗਾ ਤਾਂ ਵਕਫਾ ਹੋਣਾ। ਬਲਕੇ ਇਹਦੇ ਚੱਕਰ ਜਿਹਦੇ ਵਿੱਚ ਵਾਈਟ ਨੋ ਵੀ ਸੁੱਟਦੇ ਰਹੇ। ਇੱਕ ਬੰਦਾ ਸਿਗਰਟ ਲਾਉਣ ਲੱਗਾ, ਉਹਨੂੰ ਕਹਿੰਦਾ ਦੋ ਲਾਈ, ਉਹਨੇ ਡੱਬੀ ਰੱਖ ਕੇ ਇਹਨੂੰ ਦੋ ਲਾਈਆਂ। ਕਬਰਸਤਾਨ ਇੱਕ ਜਾਮਾ ਖਲੋਤਾ, ਉਹਨੂੰ ਚੋਰੀ ਚਾਬੀ ਲਾਉਣ ਡਿਆ। ਮੈਂ ਕਿਹਾ ਖੈਰ ਆ, ਚੋਰੀ ਕਰਨ ਲੱਗਾ। ਕਹਿੰਦਾ ਮੈਂ ਸਮਝਿਆ ਜਿਹਦਾ ਹੈਗਾ ਉਹ ਮਰ ਗਿਆ। ਇੱਕ ਬੰਦਾ ਨਮਾਜ਼ ਪੜ੍ਹ ਕੇ ਕਹਿੰਦਾ ਅਸਲਾਮ ਅਲੈਕਮ, ਅੱਗੋਂ ਕਹਿੰਦਾ ਵਾਲੇਕਮ ਸਲਾਮ। ਵੱਡੀ ਤੇ ਗਿਆ ਬੱਕਰਾ ਲੈਣ, ਵੱਡੀ ਤੇ ਜਾਣਾ, ਛੋਟੀ ਤੇ ਕੌਣ ਜਾਂਦਾ ਈ। ਵੱਡੀ ਤੇ ਗਿਆ ਬੱਕਰਾ ਲੈਣ ਤੇ ਬੱਕਰੀ ਲੈ ਕੇ ਆ ਗਿਆ। ਉਹ ਮੈਂ ਕਿਹਾ ਬੱਕਰੀ ਕਦ ਲਈ ਲਿਆਂਦੀ? ਕਹਿੰਦਾ ਕੁਰਬਾਨੀ ਕਰਨੀ। ਮੈਂ ਕਿਹਾ ਬੱਕਰੇ ਵੀ ਕਰੀ ਦੀ? ਕਹਿੰਦਾ ਯਾਰ ਅੰਮੀ ਨੇ ਨਾਂ ਦਾ ਦੇਣਾ, ਉੱਤੇ ਜਾ ਕੇ ਤੰਗ ਨਾ ਕਰੇ। ਅੰਮੀ ਨੂੰ ਉੱਤੇ ਰਿਸ਼ਤਾ ਦੇਣਾ। ਆਹ ਬੱਕਰਾ ਲੈਣ ਗਿਆ, ਕਹਿੰਦਾ ਕਿੰਨੇ ਦਾ? ਉਹਨੇ ਕਿਹਾ 32,000 ਦਾ। ਕਹਿੰਦਾ ਜੀ ਕੈਮਰੇ ਵਾਲਾ ਲਾਇਆ ਸੀ ਉਹਨੇ। ਇਹੋ ਜਿਹੇ ਕੁਆਲ ਹੁੰਦੇ, ਇਹੋ ਜਿਹੇ ਕੁਆਲੀ ਕਰਦੇ ਕਰਦੇ ਪੱਕੇ ਦੱਸ ਦਿੰਦੇ ਮੇਰੀ ਤੋਬਾ। ਔਰ ਇਸ ਤਰ੍ਹਾਂ ਦੇ ਖੁਸਰੇ ਹੁੰਦੇ ਨੇ, ਸਾਰਾ ਸਾਰਾ ਦਿਨ ਵਿਹਲੇ ਫਿਰਦੇ ਆ, ਤੇ ਸ਼ਾਮ ਨੂੰ ਡਾਕਟਰ ਨੂੰ ਕੋਈ ਟੀਕਾ ਲਵਾ ਲੈਂਦੇ। ਬਈ ਥੋੜੀ ਜਿਹੀ ਤਕਲੀਫ ਲੈਣੀ ਜ਼ਰੂਰ। ਇਹੋ ਜਿਹੇ ਖੁਸਰੇ ਸੁੱਕੀ ਨਹਿਰ 'ਚ ਛਾਲ ਮਾਰ ਲੈਂਦੇ, ਚਲੋ ਰਗੜਾ ਹੀ ਸਹੀ। ਇੱਕ ਦੋ ਤਿੰਨ, ਤਿੰਨ ਚਾਵਾਂ ਬਾਹਰ ਤੇਜ਼ ਪੱਤੀ ਦੀਆਂ। ਅਸਲਮ ਸਾਹਿਬ ਵੀ ਆਏ ਨੇ, ਚਾਰ ਕਰ ਲਾ, ਮਨਾ ਕਰਕੇ ਆ ਲੈ ਕੇ ਨਾ ਆ ਜਾਇਓ। ਮਰੂਦਾਂ ਨੇ ਕਹਿੰਦੀ ਭਾਈ ਛਾਬਾ ਰੱਖ ਕੇ ਕੜਾਕਾ ਕੱਢਦੀ ਮੇਰਾ। ਉਹ ਕਹਿੰਦਾ ਕਹਿੰਦਾ ਮਾਈ ਜਾ ਕੰਮ ਕਰ, ਪਿਛਲੇ ਸਾਲ ਕਾਕਾ ਕੱਢਿਆ, ਹੁਣ ਕੜਾਕਾ ਕੱਢਦਾ ਫਿਰ। ਪਾਨਾ ਸਿੱਕੇ ਦੀ ਦੁਕਾਨ ਤੇ ਹੁੰਦੇ ਨੇ, ਪਾਨ ਹੀ ਬੜੇ ਅਜੀਬ ਤਰੀਕੇ ਨਾਲ ਵੇਚਦੇ। ਕਿਹੜਾ ਪਾਨ ਖਾਓਗੇ? ਇਹ ਬਰਾਬਰ ਦਾ ਜਾਂ ਉੱਚਾ ਨੀਵਾਂ? ਉਹ ਜਾਂਗਲੀ ਕਹਿੰਦੇ ਬਰਾਬਰ ਦਾ ਤੂੰ ਕਰ, ਉੱਚਾ ਨੀਵਾਂ ਮੈਂ ਆਪ ਕਰ ਲੈਣਾ। ਇਹੋ ਜਿਹੇ ਚਨੋੜ ਦੇ ਖੁਸਰੇ ਹੁੰਦੇ, ਸਲਾਮ ਦਾ ਜਵਾਬ ਵੀ ਬੜੇ ਅਜੀਬ ਦਿੰਦੇ ਨੇ। ਇੱਥੇ ਮੈਂ ਤੁਹਾਨੂੰ ਸਲਾਮ ਕਰਾਂਗਾ, ਹਾਂਜੀ ਤੁਸੀਂ ਮੈਨੂੰ ਸਲਾਮ ਕਰਨਾ। ਸਲਾਮਾਲੇਕੁਮ। ਵਾਲੇਕੁਮ ਸਲਾਮ। ਚੰਗਲੇ ਜੇ ਤੂੰ ਜਵਾਬ, ਤੂੰ ਤੈਨੂੰ ਕਿਹਾ ਜਵਾਬ ਦੇ, ਤੂੰ ਸੁਲਾ ਮਾਰਨ ਨੇ ਆ। ਵੈਸੇ ਆਪਸ ਦੀ ਗੱਲ ਹੈ, ਆਪਸ ਦੀ ਗੱਲ ਹੈ, ਵੈਸੇ ਤੁਹਾਡੀ ਜ਼ਾਤ ਨਸਲ ਖੂਬ ਪਛਾਣੀ ਜਾ ਰਹੀ, ਕਿਸੇ ਕੁੱਤੀ ਤਬੀਅਤ ਦੇ ਹੋ। ਸਵੇਰੇ ਸਵੇਰੇ ਨਾਸ਼ਤੇ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਜੀ ਇੱਕ ਜ਼ਬਾਨ ਪਾ ਦਿਓ, ਇੱਕ ਪਾਵਾ ਪਾ ਦਿਓ। ਨਾਸ਼ਤੇ ਵਾਲਾ ਗਵਾਲ ਮੰਡੀ ਦਾ ਸੀ, ਉਹ ਕਹਿੰਦਾ ਜੀ ਪਾਵਾ ਮੈਂ ਪਾ ਦਿੰਦਾ, ਜ਼ਬਾਨ ਆਪੇ ਹੀ ਬਾਹਰ ਆ ਜਾਏਗੀ। ਪਾਵੇ ਦੇ ਨਾਂ 'ਚ ਬੜਾ ਖੁਸ਼ ਰਹਿੰਦੀ ਆ। ਤੁਹਾਨੂੰ ਮੈਂ ਨਵਾਂ ਸੂਟ ਦੇਣਾ ਗਿਫਟ। ਸੱਚੀ ਜੀ? ਉਹ ਤੇਰਾ ਕਲਮਾ ਲਿਖਣ ਲਈ ਦਿੱਤਾ। ਇਹੋ ਜਿਹੀ ਔਰਤ ਨੂੰ ਬੰਦਾ ਛੇੜਦਾ ਨਹੀਂ, ਮੰਨ ਗਈ ਤਾਂ ਕੀ ਕਰਾਂਗੇ? ਮੈਂ ਨਹੀਂ ਮੰਨਦੀ, ਸਮਝ ਆਈਏ ਨਾ ਸਾਹਿਬ ਜੀ। ਉਹ ਵੇਖੋ ਉਹਨੂੰ ਪਤਾ ਹੀ ਨਹੀਂ। ਉਹਨੂੰ ਨਹੀਂ ਪਤਾ ਕਿ ਬੁਕਿੰਗ ਫੁੱਲ ਹੋ ਗਈ ਆ, ਉਹਨੂੰ ਪਤਾ ਹੀ ਨਹੀਂ। ਮੈਨੂੰ ਇਹਦਾ ਤਾਂ ਤਰਸ ਆਉਂਦਾ ਹੈ। ਕਿਉਂ? ਅੱਲਾ ਦੀ ਕਸਮ ਮੈਂ ਕਹਿੰਦੀ ਆ, ਗਵਾਚ ਗਿਆ ਤੇ ਕਿੰਨੂੰ ਲੱਭੋਗੇ ਤੁਸੀਂ? ਠਹਿਰ ਜਾ, ਐਡੀ ਤੂੰ 72 ਸੀਟੀ। ਚਲ ਮੇਰੀ ਗੱਲ ਸੁਣ ਸਾਹਿਬ ਜੀ। ਹਾਂਜੀ, ਮੈਨੂੰ ਇਧਰ ਮੋਬਾਈਲ ਦੇਣਾ। ਕੀ ਕਰਨਾ? ਫੋਨ ਕਰਨਾ ਮੇਰਾ ਫੂਮੇ ਦੇ ਮੈਨੇਜਰ ਕੋਲ। ਕਾਹਦਾ ਮਾਲਕ ਹੈ? ਚਵਲਾ ਜਿਹਾ 300 ਦੇ ਸੋਫੇ ਰੱਖ ਕੇ ਮਾਲਕ ਬਣਿਆ। ਫੋਨ ਮੈਨੇਜਰ ਕੋ ਆ, ਐਲ ਕਰ ਲਾ, 100 ਪਵਾਇਆ ਖੁੱਲ ਕੇ ਕਰ। ਗਰੀਬ ਗੁਰਬ ਆਦਮੀ 100 ਪਵਾਇਆ। ਚੱਲ ਅਸਗਰ ਕਰ, ਫਟਾਫਟ ਕਰ ਲੈ, ਫਿਰ ਮੈਂ ਵੀ ਕਰਨਾ ਈ। ਤੁਹਾਨੂੰ ਜਲਦੀ ਆ, ਤੇ ਸੱਜੇ ਹੱਥ ਵੱਡਾ ਵਾਸ਼ਰੂਮ ਬਣਿਆ ਹੋ ਗਿਆ। ਮੈਂ ਤਾਂ ਕੋਈ ਬੁੱਢੀ ਬੋਲਣ ਡਈ। ਤੂੰ ਕਰੀ ਜਾ, ਮੇਰੇ ਵਾਰੀ ਵੀ ਬੋਲਦੀ ਸੀ।
ਬਕਵਾਸ ਕਰਨ ਡਿਆ ਕਹਿੰਦਾ 100 ਪਵਾਇਆ ਆ ਉਹ ਤੇ ਤੇਰੀ ਬੇਬੇ ਕਹਿੰਦੀ ਵਿੱਚ ਬੈਲੈਂਸ ਹੀ ਨਹੀਂਗਾ ਅੰਨੇ ਅਸੀਂ ਪਾਗਲ ਬਣਾਣੀ ਆ 100 ਨਹੀਂ ਪਵਾਇਆ ਆ ਵੇ 100 ਆ ਤੇ ਬੈਟਰੀ ਕਿੱਥੇ ਹੀ ਬੈਟਰੀ ਵੇਚ ਕੇ ਤੇ 100 ਪਵਾਇਆ ਬਈ ਤੇਰੀ ਸਾਇੰਸ ਤੇ ਲਾਣਤ ਵਿੱਚੇ ਰਹਿਣਾ ਬਾਬਾ ਜੀ ਵਿੱਚੇ ਹੀ 100 ਰਹਿਣ ਦੇਣਾ ਇੱਕ ਰੁਪਈਆ ਕੱਟ ਲਓ ਬਸ ਮਾਈ ਨੂੰ ਭੇਜਾਂ ਆਉਂਦੀ ਵੈਸੇ ਤੂੰ ਸਾਹਿਬ ਦੀ ਧੀ ਦੇ ਨਾਲ ਕਿਉਂ ਜਾਣਾ ਬਾਹਰ ਮੈਂ ਪਿਆਰ ਕਰਨਾ ਉਹਦੇ ਨਾਲ ਹਾਂ ਤੇਰੀ ਇੰਨੀ ਜ਼ਰੂਰਤ ਕਿ ਮੇਰੀ ਧੀ ਨਾਲ ਪਿਆਰ ਕਰਨਾ ਤੂੰ ਪੈਸੇ ਲਿਖੀ ਜਾ ਏਡਾ ਗੈਰਤਮੰਦ ਨਾ ਬਣ ਕੀ ਕਰਨੇ ਮੇਰੀ ਧੀ ਨਾਲ ਪਿਆਰ ਕਰਨਾ ਨਹੀਂ ਵੇ ਨਹੀਂ ਆ ਕੁੜੀਆਂ ਦਾ ਕੋਈ ਇਤਬਾਰ ਨਹੀਂ ਹੁੰਦਾ ਇਹ ਬੜੀਆਂ ਬੇਵਫਾ ਹੁੰਦੀਆਂ ਨਹੀਂ ਹਾਂਜੀ ਧੋਖਾ ਦੇ ਦਿੰਦੀਆਂ ਨੇ ਵਜਾ ਹਾਂਜੀ ਇਹਨਾਂ ਦੇ ਬਾਰੇ ਸ਼ਾਇਰ ਨੇ ਕਿਹਾ ਤੇ ਸ਼ਾਇਰ ਤੈਨੂੰ ਕਿੱਥੇ ਮਿਲਿਆ ਪਤਾ ਨਹੀਂ ਵਿਹਲੀ ਫਿਰਦੀ ਆ ਸਬਜ਼ੀ ਵਾਲਾ ਵੀ ਇਹਨੂੰ ਮਿਲਦਾ ਸ਼ਾਇਰ ਵੀ ਇਹਨੂੰ ਮਿਲਦਾ ਪਾਨਾ ਸਿਗਟਾਂ ਵਾਲਾ ਵੀ ਤੈਨੂੰ ਮਿਲਦਾ ਕਰ ਲਈ ਗਈ ਆ ਵਾਕਫੀਅਤ ਬੜੀ ਏ ਠੀਕ ਹੈ ਉਹਨਾਂ ਨੂੰ ਪਤਾ ਨਾ ਕਿ ਪਸੰਦ ਕਰਦੀ ਸ਼ੇਰ ਮੈਂ ਤੈਨੂੰ ਔਰਤਾਂ ਦੇ ਬਾਰੇ ਸ਼ੇਰ ਸੁਣਾਉਣੀ ਆ ਇਹ ਕੁੜੀਆਂ ਜਿਹੜੀਆਂ ਅੱਜ ਕੱਲ ਦੀਆਂ ਨੇ ਐਵੇਂ ਆ ਉਹਨੂੰ ਵੀ ਫਸਾ ਲਿਆ ਉਹਨੂੰ ਵੀ ਫਸਾ ਲਿਆ ਮੁੰਡੇ ਪਿਆਰ ਕਰਦਾ ਇਦਾਂ ਤੂੰ ਹਾਂਜੀ ਓ ਜੇ ਤੂੰ ਮੇਰੀ ਬੱਚੀ ਦੇ ਨਾਲ ਸ਼ਾਦੀ ਕਰੇਗਾ ਤੇ ਜਿਹੜਾ ਮੁੰਡਾ ਮੈਂ ਤੇਨਾ ਮੰਗਿਆ ਵੈਲਡਿੰਗ ਦਾ ਕੰਮ ਕਰਦਾ ਉਹ ਕਿੱਥੇ ਜਾਏਗਾ ਉਹਦੀ ਤੁਹਾਡੇ ਨਾਲ ਕਰਾ ਕੇ ਨਾ ਮੰਜੀਆਂ ਦਾ ਕੰਮ ਸ਼ੁਰੂ ਕਰਾ ਦਾਂਗੇ ਲਓ ਜੀ ਸ਼ਾਇਰ ਕਹਿੰਦਾ ਕੀ ਕਹਿੰਦਾ ਸ਼ਾਇਰ ਕਿੱਥੇ ਆ ਛੱਡ ਰਨਾਂ ਦੀ ਯਾਰੀ ਨੂੰ ਤੇ ਰਲ ਕੇ ਮਾਈ ਨੂੰ ਪੈ ਜਾਓ ਆਪੇ ਕਹਿੰਦੀ ਛੱਡ ਰਨਾਂ ਨੂੰ ਫਿਰ ਕਿੱਧਰ ਜਾਈਏ ਛੱਡ ਰਨਾਂ ਦੀ ਯਾਰੀ ਨੂੰ ਸਾਰੇ ਭਰਾ ਰਲ ਕੇ ਪੜੋ ਜੀ ਛੱਡ ਰਨਾਂ ਇਹ ਪੂਰਾ ਤੇ ਹੋ ਲੈਣ ਦੇ ਉਹ ਤੂੰ ਦੱਸਣਾ ਜਦੋਂ ਪੂਰਾ ਹੋਣਾ ਸ਼ਾਇਰ ਨੇ ਤੈਨੂੰ ਸੁਣਾਇਆ ਮੈਨੂੰ ਵੀ ਪਤਾ ਕਿੱਥੇ ਸ਼ਾਇਰ ਨੇ ਪੂਰਾ ਕੀਤਾ ਸੋਹਣਾ ਵਿੱਚ ਨਾ ਬੋਲ ਸੁਣ ਵਿੱਚ ਨਹੀਂ ਬੋਲਣਾ ਸਾਈਡ ਤੇ ਬੋਲਣਾ ਚਲੋ ਚਲੋ ਵੇਪੇ ਅੱਛਾ ਇੱਥੇ ਖਲੋ ਅੱਛਾ ਛੱਡ ਰਨਾਂ ਦੀ ਯਾਰੀ ਨੂੰ ਇਹ ਤੇ ਦੋ ਦੋ ਯਾਰ ਬਣਾ ਲੈਂਦੀਆਂ ਇਹ ਤੇ ਖੂਨ ਜਿਗਰ ਦਾ ਪੀ ਲੈਂਦੀਆਂ ਇਹ ਤੇ ਹੱਥੀਂ ਯਾਰ ਮਰਵਾ ਲੈਂਦੀਆਂ ਬੰਦਾ ਤਪਿਆ ਸੜਿਆ ਛੱਡ ਵੀ ਦੇਵੇ ਇਹ ਤੇ ਫੁੱਲ ਤਵੀਤ ਕਰਾ ਲੈਂਦੀਆਂ ਹੋਰ ਨਾ ਹੋਵਣ ਅਸਲੀ ਨਸਲ ਦੀਆਂ ਤੇ ਬੁੱਲੇ ਸ਼ਾਹ ਜੇ ਪੀਰ ਨਚਾ ਰਸ ਰੰਨਾ ਹੋਣ ਅਸਲੀ ਨਸਲ ਦੀਆਂ ਚੱਲ ਨਿਕਲ ਗੰਦੀ ਨਸਲ ਦੀਆਂ